ਬਲਦੇਵ ਸਿੰਘ ਦੀ ਕਹਾਣੀ ਮੁਆਵਜ਼ਾ ਦੱਸਣ ਵਾਲੇ ਨੇ ਨਹੀਂ ਕਿਹਾ ਭਾਈ ਤੁਹਾਡਾ ਮੁੰਡਾ ਟਰੱਕ ਦੀ ਲਪੇਟ 'ਚ ਆ ਗਿਆ ਸਰਕਾਰੀ ਹਸਪਤਾਲ 'ਚ ਲੈ ਗਏ ਉਹਨੂੰ ਕਿਵੇਂ ਕਿੱਥੇ ਕਦੋਂ ਪੁੱਛਣ ਤੋਂ ਪਹਿਲਾਂ ਹੀ ਮੁੰਡੇ ਦੀ ਮਾਂ ਤੋਂ ਸਿਰ ਤੇ ਚੱਕਿਆ ਗੋਹੇ ਦਾ ਬੱਠਲ ਸਾਂਭਿਆ ਨਾ ਗਿਆ ਤੇ ਉਹ ਓਏ ਲੋੜਾਂ ਆਖ ਦੀ ਉੱਚੀ ਉੱਚੀ ਰੋਣ ਲੱਗ ਪਈ ਪਤਾ ਤਾਂ ਲੈ ਲੈਣ ਦੀ ਸਾਰੀ ਗੱਲ ਦਾ ਐਵੇਂ ਬੁੱਕਣ ਲੱਗ ਪਈ ਮੁੰਡੇ ਦੇ ਪਿਓ ਨੇ ਅੰਦਰੋਂ ਤੜਕਦਿਆਂ ਝਿੜਕਿਆ ਤੇ ਖਬਰ ਦੇਣ ਆਏ ਬੰਦੇ ਨੂੰ ਮੁੜਦਾ ਵੇਖ ਕੇ ਕਾਲੀ ਨਾਲ ਉਹਦੇ ਮਗਰ ਭੱਜਿਆ। ਉਹਨੇ ਇੰਨਾ ਹੀ ਦੱਸਿਆ ਗੱਡੀ ਦਾ ਟਾਇਰ ਪੈਂਚਰ ਹੋਇਆ ਸੀ ਤੇ ਜੈਕ ਲਾ ਕੇ ਟਾਇਰ ਖੋਲਦਾ ਸੀ। ਉਦੋਂ ਇੱਕ ਹੋਰ ਟਰੱਕ ਮਾਰੂਤੀ ਨੂੰ ਬਚਾਉਂਦਾ ਬੇਤਿਆਨੀ ਮੁੰਡੇ ਤੇ ਆ ਚੜਿਆ। ਇੱਕ ਲੱਤ ਤਾਂ ਜਮਾ ਹੀ ਫਿਸ ਗਈ। ਟਰੱਕ ਵਾਲਾ ਟਰੱਕ ਛੱਡ ਕੇ ਭੱਜ ਗਿਆ। ਮੁੰਡੇ ਦੇ ਪਿਓ ਦੇ ਚਿਹਰੇ ਤੋਂ ਹਵਾਈਆਂ ਉੱਡ ਗਈਆਂ। ਮਾਰ ਹੁੰਦੀ ਸੁਣ ਕੇ ਅੰਨੜਾਂ ਗਵੰਡੜਾਂ ਆ ਗਈਆਂ ਲੋਕ ਵੀ ਇਕੱਠੇ ਹੋਣ ਲੱਗੇ ਕਿਸੇ ਨੇ ਸਲਾਹ ਦਿੱਤੀ ਛੇਤੀ ਪਹੁੰਚੋ ਭਾਈ ਸਰਕਾਰੀ ਹਸਪਤਾਲ 'ਚ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਦੇਖਭਾਲ ਹੁੰਦੀ ਹੈ ਕੀ ਪਤਾ ਖੂਨ ਦੀ ਲੋੜ ਹੋਵੇ ਮੁੰਡੇ ਨੂੰ ਹਸਪਤਾਲ ਜਾ ਕੇ ਪਤਾ ਲੱਗਿਆ ਮੁੰਡਾ ਐਮਰਜੈਂਸੀ 'ਚ ਹੈ ਹਿੰਮਤੀਆਂ ਤੇ ਕਰੜੇ ਦਿਲ ਵਾਲਿਆਂ ਭਜਨੱਠ ਕੀਤੀ ਘੁੰਮਦੀਆਂ ਫਿਰਦੀਆਂ ਨਰਸਾਂ ਤੇ ਜਮਾਦਾਰਾਂ ਤੋਂ ਪਤਾ ਕੀਤਾ ਫਿਰ ਬੰਬ ਦੇ ਫਟਣ ਵਰਗੀ ਅਫਵਾਸ ਸੁਣੀ ਮੁੰਡਾ ਤਾਂ ਕਹਿੰਦੇ ਆ ਖਤਮ ਹੋ ਗਿਆ ਡਿੱਗਣ ਲੱਗੇ ਪਿਓ ਨੂੰ ਫੜ ਕੇ ਸੰਭਾਲਿਆ ਤਾਂ ਉਹਦੀ ਧਾ ਨਿਕਲ ਗਈ ਕੁਝ ਹਮਦਰਦ ਖਬਰ ਦੀ ਤਫਤੀਸ਼ ਲਈ ਡਾਕਟਰਾਂ ਕੋਲ ਗਏ ਗੱਲ ਸੱਚੀ ਸੀ ਮੁੰਡੇ ਨੂੰ ਬਚਾਉਣ ਲਈ ਡਾਕਟਰਾਂ ਇੱਕ ਲੱਤ ਘੱਟਤੀ ਸੀ ਪਰ ਖੂਨ ਬਹੁਤ ਜ਼ਿਆਦਾ ਵਗ ਜਾਣ ਕਰਕੇ ਉਹਨੂੰ ਬਚਾar ਨਾ ਸਕੇ ਹੁਣ ਪੋਸਟਮਾਰਟਮ ਹੋਏਗਾ ਥਾਣਾ ਸਦਰ ਇਤਲਾਹ ਭੇਜ ਦਿੱਤੀ ਹੈ ਪੁਲਿਸ ਆਏਗੀ ਸਵੇਰੇ ਉਹਨਾਂ ਦੇ ਆਉਣ ਤੋਂ ਪਹਿਲਾਂ ਪੋਸਟਮਾਰਟਮ ਹੋ ਨਹੀਂ ਸਕਦਾ ਡਾਕਟਰ ਨੇ ਸਾਰੇ ਆਏ ਲੋਕਾਂ ਨੂੰ ਆਪਣੇ ਘਰੀਂ ਚਲੇ ਜਾਣ ਲਈ ਕਿਹਾ ਤੇ ਔਰੋਂਦੇ ਧੋਂਦੇ ਸਾਰੇ ਪਿੰਡ ਮੁੜ ਗਏ ਘਰ 'ਚ ਇਹੀ ਵੱਡਾ ਮੁੰਡਾ ਸੀ ਜ਼ਮੀਨ ਤਾਂ ਪਿਓ ਦੇ ਵਾਂਣ ਜੋਗੇ ਵੀ ਨਹੀਂ ਸੀ ਪੁੱਤ ਕੀ ਵਾਂਦਾ ਮਸ਼ੀਨੀ ਕਰਨ ਦੀਆਂ ਮਹਿੰਗੀਆਂ ਵਾਹੀਆਂ ਤੇ ਜੰਸ ਦੇ ਸਸਤੇ ਭਾਅ ਨਹੀਂ ਖੇਤੀ ਕਰਨ ਜੋਗੇ ਵੀ ਨਾ ਛੱਡਿਆ ਪਿਓ ਨੇ ਸੋਚਿਆ ਸੀ ਵੱਡੇ ਨੂੰ ਡਰਾਈਵਰ ਬਣਾ ਦਈਏ ਸਾਰਾ ਕੁਝ ਨਾ ਕੁਝ ਸਹਾਰਾ ਬਣੂਗਾ ਮੇਰਾ ਤੇ ਹੁਣ ਉਹਦਾ ਮੁੰਡਾ ਹੀ ਨਹੀਂ ਸੀ ਮਰਿਆ ਉਦੇ ਨਾਲ ਹੀ ਉਹਦੇ ਚਾ ਉਹਦੇ ਉਜਲੇ ਭਵਿੱਖ ਦੀਆਂ ਆਸਾਂ ਵੀ ਮਰ ਗਈਆਂ ਸਨ ਅਗਲੇ ਦਿਨ ਸਾਜਰੇ ਮੈਲੇ ਜਏ ਤੇ ਪਾਟੇ ਭੂਰੇ ਦੀ ਬੁਖੜ ਮਾਰੀ ਮੁੰਡੇ ਦਾ ਪਿਓ ਪਿੰਡ ਚੋਂ ਕੁਝ ਮੋਤਬਰ ਕੁਝ ਰਿਸ਼ਤੇਦਾਰ ਕੁਝ ਹਮਦਰਦ ਤੇ ਪੰਚਾਇਤ ਦੇ ਦੋ ਮੈਂਬਰ ਲੈ ਕੇ ਹਸਪਤਾਲ ਪਹੁੰਚ ਗਿਆ ਪਤਾ ਕੀਤਾ ਪੋਸਟਮਾਰਟਮ ਵਾਲੇ ਵਿਭਾਗ ਨੂੰ ਅਜੇ ਤਾਲਾ ਲੱਗਿਆ ਹੋਇਆ ਸੀ ਇੱਕ ਮੇਤਰ ਨੇ ਦੱਸਿਆ 11:00 ਵਜੇ ਆਉਣਗੇ ਜੇ ਆਏ ਤਾਂ ਡਾਕਟਰਾਂ ਦਾ ਕੋਈ ਆਉਣ ਦਾ ਠੀਕ ਟਾਈਮ ਹੈ ਮੈਨੂੰ ਵਿਖਾਤਾ ਦਿਓ ਇੱਕ ਵਾਰੀ ਪਿਓ ਦੀ ਰੋਕਦਿਆਂ ਵੀ ਧਾ ਨਿਕਲ ਗਈ। ਤਾਲੇ ਦੇ ਅੰਦਰ ਉਹਦਾ ਜਵਾਨ ਪੁੱਤ ਪਿਆ ਸੀ ਫਿਸਿਆ ਕਟਿਆ। ਪਤਾ ਨਹੀਂ ਕੀ ਦੁਰਦਸ਼ਾ ਹੋ ਵਿਚਾਰੇ ਦੀ। ਸੋਚਦਾਂ ਪਿਓ ਤੀਵੀਆਂ ਵਾਂਗ ਵੈਣ ਵਾਉਣ ਲੱਗ ਪਿਆ। ਸੋਚਦਿਆਂ ਪਿਓ ਤੀਵੀਆਂ ਵਾਂਗ ਵੈਣ ਪਾਉਣ ਲੱਗ ਪਿਆ। ਕੁਝ ਦੇਰ ਬਾਅਦ ਟਰੱਕ ਵਾਲੇ ਵੀ ਆ ਗਏ। ਨਾਲ ਯੂਨੀਅਨ ਦਾ ਪ੍ਰਧਾਨ ਵੀ ਸੀ ਤੇ ਹੋਰ ਬੰਦੇ ਸਨ। ਸਦਰ ਥਾਣੇ ਵੱਲੋਂ ਐਸਆਈ ਤੇ ਚਾਰ ਸਿਪਾਹੀ ਆਕੇ ਹਸਪਤਾਲ ਦੇ ਐਮਰਜੈਂਸੀ ਵਾਰਡ ਤੋਂ ਤਫ਼ਤੀਸ਼ ਕਰਨ ਲੱਗੇ। ਇਹਨੇ ਨੂੰ ਟਰੱਕ ਵਾਲਿਆਂ ਦਾ ਇੱਕ ਬੰਦਾ ਮੁੰਡੇ ਦੇ ਪਿਓ ਕੋਲ ਆਇਆ ਤੇ ਹੱਥ ਬੰਨ ਕੇ ਆਖਣ ਲੱਗਾ ਇੱਕ ਬੇਨਤੀ ਕਰਨੀ ਸੀ। ਦੱਸੋ ਕਈ ਬੰਦੇ ਉੱਠ ਕੇ ਉਹਦੇ ਦੁਆਲੇ ਹੋ ਗਏ। ਯੂਨੀਅਨ ਦਾ ਪ੍ਰਧਾਨ ਉਹਨਾਂ ਨੂੰ ਇੱਕ ਪਾਸੇ ਲੈ ਗਿਆ ਕਹਿਣ ਲੱਗਾ ਤੁਹਾਡੇ ਨਾਲ ਕੋਈ ਦੁਸ਼ਮਣੀ ਤਾਂ ਹੈ ਨਹੀਂ ਸੀ ਭਰਾਵੋ। ਵਿਚਾਰੇ ਮੁੰਡੇ ਦੀ ਲਿਖੀ ਐਵੇਂ ਸੀ। ਸਾਨੂੰ ਤਾਂ ਬਹੁਤ ਦੁੱਖ ਹੈ ਹੋਣੀ ਨੂੰ ਕੋਈ ਟਾਲ ਨਹੀਂ ਸਕਦਾ ਹੁਣ ਜੇ ਤੁਸੀਂ ਕੇਸ ਕਰਨਾ ਚਾਹੁੰਦੇ ਆ ਖੱਜਲ ਖਵਾਰ ਹੋਵਾਂਗੇ ਦੋਵੇਂ ਧਿਰਾਂ ਪੁਲਿਸ ਵਾਲਿਆਂ ਤੇ ਵਕੀਲਾਂ ਦਾ ਢਿੱਡ ਭਰਾਂਗੇ ਨਾ ਮੁੰਡੇ ਨੇ ਜਿਹਾਦਾ ਹੋਣਾ ਨਾ ਆਪਣੇ ਹੱਥ ਪੱਲੇ ਕੁਝ ਹੋਣਾ ਜੇ ਚਾਹੋ ਤਾਂ ਮੈਂ ਟਰੱਕ ਵਾਲਿਆਂ ਨਾਲ ਗੱਲ ਕਰ ਥੋੜਾ ਇੱਥੇ ਰਾਜੀ ਨਾਵਾ ਹੋ ਜੇ ਤਾਂ ਚੰਗਾ ਹੈ ਅੱਗੇ ਤੁਹਾਡੀ ਮਰਜ਼ੀ ਹੈ ਅਸੀਂ ਤਾਂ ਭਾਈ ਸਾਹਿਬ ਕੇਸ ਕਰਾਂਗੇ ਇਹੇ ਮੁੰਡਾ ਆਸਰਾ ਸੀ ਸਾਰੇ ਟੱਬਰ ਦਾ ਇੱਕ ਹਮਦਰਦੀ ਗੁੱਸੇ ਚ ਬੋਲਿਆ ਤਾਂ ਮੁੰਡੇ ਦਾ ਪਿਓ ਫੇਰ ਰੋਣ ਲੱਗ ਪਿਆ ਚਾਰ ਪੰਜ ਸਾਲ ਕਚਹਿਰੀਆਂ ਚ ਰੋਲਾਂਗੇ ਜੇ ਇਥੋਂ ਜਿੱਤਾਂਗੇ ਅਗਲੇ ਹਾਈ ਕੋਰਟ ਚ ਅਪੀਲ ਕਰ ਦੇਣੀ ਹੈ ਪਿੱਛਾ ਕਰਦਿਆਂ ਦਾ ਲੱਕ ਟੁੱਟ ਜਾਂਦਾ ਪ੍ਰਧਾਨ ਨੇ ਆਖਿਆ ਜਿਵੇਂ ਆਖਦਾ ਹੈ ਇਹ ਤੇ ਵਿਚਾਰ ਕਰ ਲੋ ਇੱਕ ਸਿਆਣੇ ਨੇ رائے ਦਿੱਤੀ ਮੁੰਡੇ ਦੇ ਪਿਓ ਨੂੰ ਪੁੱਛ ਲੋ ਇੱਕ ਹੋਰ ਨੇ ਕਿਹਾ ਰੋ ਰੋ ਨਿਢਾਲ ਹੋਏ ਪਿਓ ਨੇ ਨਹੀਂ ਕਿਹਾ ਜੇ ਵੀ ਤੁਹਾਨੂੰ ਚੰਗਾ ਲੱਗਦਾ ਹੈ ਕਰ ਲੋ ਫੇਰ ਆਵਾਂ ਹੋਣ ਲੱਗਿਆਂ ਦਲੀਲਾਂ ਦਿੱਤੀਆਂ ਜਾਣ ਲੱਗਿਆਂ ਗੱਲ ਲੱਖ ਤੋਂ ਨੂੰ ਆਉਂਦੀ 80000 ਮੰਗਣ ਤੇ ਆ ਕੇ ਅਟਕ ਗਏ ਜੀ ਬਹੁਤੀ ਨਾ ਨੁਕਰ ਕਰਨ ਲੱਗੇ ਧਮਕੀ ਦੇਵਾਂਗੇ ਕੇਸ ਕਰਨ ਦੀ ਤੇ ਫਿਰ 50000 ਤੋਂ ਘੱਟ ਨਹੀਂ ਮੰਨਣਾ ਫੈਸਲਾ ਹੋ ਗਿਆ ਠੀਕ ਹੈ ਇੱਕ ਜਣਾ ਹੌਸਲੇ ਚ ਬੋਲਿਆ ਤੇ ਸੋਚਿਆ ਜੀ 50000 ਮਿਲ ਗਿਆ ਐਨਾ ਤਾਂ ਮੁੰਡੇ ਨੇ ਸਾਰੀ ਉਮਰ ਨਹੀਂ ਸੀ ਕਮਾਉਣਾ ਨਾਲੇ ਮੁੰਡੇ ਦੇ ਪਿਓ ਤੋਂ 5 7000 ਹੱਥੋਂ ਉਧਾਰ ਫੜ ਕੇ ਘਰ ਦੀਆਂ ਨਿੱਕੇ ਨਿੱਕੇ ਖੁੱਡਾ ਬੰਦ ਕਰ ਲਾਂਗੇ ਉਦੇ ਚਿਹਰੇ ਤੇ ਰੌਣਕ ਆ ਗਈ ਜਦੋਂ ਇੱਕ ਸਿਆਣਾ ਬੰਦਾ ਟਰੱਕ ਵਾਲਿਆਂ ਕੋਲ ਭੇਜਿਆ ਤਾਂ ਕੁਝ ਬੰਦੇ ਉਹਦੀ ਮੰਗ ਸੁਣ ਕੇ ਉੱਪਰ ਆ ਜਿਹਾ ਹੱਸੇ ਪ੍ਰਧਾਨ ਬੋਲੇ ਭਾਈ ਸਾਹਿਬ ਆ ਖੜਾ ਟਰੱਕ ਵਾਲਾ ਉਹਨੇ ਇੱਕ ਮੜਵੇ ਜਿਹੇ ਤੇ ਫਿਕਰ ਨਾਲ ਪੀਲੇ ਹੋਏ ਮੂੰਹ ਵਾਲੇ ਤੇ ਬਿਨਾਂ ਛੇਵ ਦਾੜੀ ਵਾਲੇ ਬੰਦੇ ਵੱਲ ਇਸ਼ਾਰਾ ਕੀਤਾ ਇਹ ਤਾਂ ਆਪ ਮਰਿਆ ਪਿਆ ਪਹਿਲੇ ਗੇੜੇ ਦੋ ਟਾਇਰ ਪਾੜ ਲਿਆਈ ਗੱਡੀ ਅਸੀਂ ਤਾਂ ਸੋਚਿਆ ਸੀ ਇਹਦੇ ਸਿਰ ਤੇ ਵੀ ਆਪ ਹੀ ਤੇ ਤੁਹਾਡੇ ਨਾਲ ਵੀ ਭਾਣਾ ਵਰਤ ਗਿਆ ਵੇ ਚਲੋ ਸਸਕਾਰ ਕਰਨ ਤੇ ਆਈਆਂ ਗਈਆਂ ਮੁਕਾਣਾ ਲਈ ਖਰਚ ਦਾ ਭਾਰੇ ਦੇ ਸਿਰ ਤੇ ਪਾ ਦिए ਪਿੰਡ ਵਾਲੇ ਮਰੇ ਆਏ ਬੰਦੇ ਨੇ ਗੁੱਸੇ ਨਾਲ ਪ੍ਰਧਾਨ ਨੂੰ ਟੋਕਿਆ ਜਵਾਨ ਪੁੱਤ ਮਰੇ ਝੱਲਣੇ ਬਹੁਤ ਔਖੇ ਐ ਤੇ ਜਦੋਂ ਉਹਨੇ ਟਰੱਕ ਵਾਲਿਆਂ ਦੀ ਗੱਲ ਆਪਣੇ ਬੰਦਿਆਂ ਨੂੰ ਆ ਕੇ ਦੱਸੀ ਤਾਂ ਸਾਰੇ ਭੜਕ ਪਏ ਕੇਸ ਕਰ ਦਿੰਨੇ ਆ ਯਾਰ ਥਾਣੇ ਤਾਂ ਦੇਣਗੇ ਨਾ 5-10 ਹਜ਼ਾਰ ਨਾਲੇ ਗੱਡੀ ਅੰਦਰ ਹੋਊ ਨਾਲੇ ਡਰਾਈਵਰ ਨੂੰ ਜੇਲ੍ਹ ਹੋ ਆਪੇ ਗਧੇ ਨੂੰ ਫੁੱਫੜ ਕਹਿਣਗੇ ਸੁੰਗੋ ਤਾਂ ਸਹੀ ਆਪਣੇ ਮੂੰਹੋਂ ਕਿੰਨਾ ਕੁ ਕਹਿੰਦੇ ਆ ਕਿਉਂ ਮੋਕ ਮਾਰੀ ਜਾਂਦੇ ਐ ਗੱਲ ਹੀ ਨਾ ਕਰੋ ਆਪੇ ਆਉਣਗੇ ਪੋਸਟਮਾਰਟਮ ਕਰਾਉਣਾ ਹੈ ਮੁੰਡੇ ਦੀ লাশ ਲੈਣੀ ਹੈ ਕੁਝ ਸਮੇਂ ਲਈ ਸਾਰੇ ਭੁੱਲ ਗਏ ਗੱਲ 5000 ਤੋਂ ਸ਼ੁਰੂ ਹੋਈ ਇਹਨਾਂ 40 ਮੰਗਿਆ ਉਹ 10 ਤੇ ਆ ਗਏ ਇਹ 25 ਤੇ ਅੜ ਗਏ ਅਖੀਰ ਖਿੱਚਾ ਧੋਈ ਮਿੰਨਤ ਤਰਲੇ ਕਰਦਿਆਂ ਧਮਕੀਆਂ ਦਿੰਦਿਆਂ ਗੱਲ 15000 ਤੇ ਮੁੱਕ ਗਈ ਪੁਲਿਸ ਵਾਲਿਆਂ ਦਾ ਤੇ ਹਸਪਤਾਲ ਦਾ ਖਰਚ ਵੀ ਟਰੱਕ ਵਾਲੇ ਮੰਨ ਗਏ ਥਾਣੇਦਾਰ ਦੇ ਸਾਹਮਣੇ ਰਾਜੀ ਨਾਵੇਂ ਤੇ ਦੋਵਾਂ ਧਿਰਾਂ ਨੇ ਦਸਖਤ ਕਰਤੇ ਰਾਕ ਕਾਲਿਆਂ ਸੁੱਖ ਦਾ ਸਾ ਲਿਆ ਜਿਵੇਂ ਦੁੱਖ ਦੀ ਝਾੜ ਘਟਾਤੀ ਹੋਵੇ। ਕਿਉਂ ਬਾਪੂ ਰਾਜ਼ੀ ਹੈ ਹੁਣ। ਇੱਕ ਨਿਆਕੇ ਮੁੰਡੇ ਦੇ ਪਿਓ ਨੇ ਇੱਕ ਪਾਸੇ ਕਰਕੇ ਪੁੱਛਿਆ। ਪਿਓ ਨਿੰਮੋ ਝੂਣਾ ਹੋਇਆ ਭਰੀਆਂ ਅੱਖਾਂ ਨਾਲ। ਉਸ ਵੱਲ ਝਾਕਿਆ ਉਸ ਕੋਲ ਬੋਲਿਆ ਕੁਛ ਨਾ ਗਿਆ ਸੋਚਿਆ 15000 ਰੁਪਇਆ ਮੁੰਡੇ ਦਾ ਮੁੱਲ। ਹੌਸਲਾ ਰੱਖ ਕੋਈ ਨਾ ਮੁੰਡਾ ਤਾਂ ਹੱਥੋਂ ਚਲਾ ਹੀ ਗਿਆ। ਜਿਹੜਾ ਛੱਡਦੇ ਨੇ ਛਾਰਨਾ ਚਾਹੀਦਾ ਉਹਨੇ ਰੋ ਰੇ ਪਿਓ ਨੂੰ ਸਮਝਾਇਆ। ਪਿਓ ਨੇ ਸੋਚਿਆ ਠੀਕ ਹੀ ਕਰਦੇ ਹੋਣਗੇ। ਜੇ ਕੁਝ ਵੀ ਨਾ ਦਿੰਦੇ ਕੀ ਕਰ ਲੈਂਦੇ ਰਾਤ ਬਰਾਤੇ ਬਥੇਰੇ ਗੱਡੀਆਂ ਵਾਲੇ ਦਰੜ ਕੇ ਤੁਰਦੇ ਬਣਦੇ ਐ ਚਲੋ ਉਹਦਾ ਭਾਣਾ ਉਹਨੇ ਲੰਮਾ ਸਾਹ ਲਿਆ ਫਿਰ ਗਿਣਤੀਆਂ ਮਿੰਟੀਆਂ ਚ ਪੈ ਗਿਆ ਘਰ ਚ ਨਾਲ ਲੱਗਦੇ ਚਾਰ ਕੁ ਮਰਲੇ ਥਾਂ ਦਾ ਸੌਦਾ ਕਰ ਲਾਂਗੇ ਅੱਦਾ ਮਾਮਲਾ ਵੀ ਰਹਿੰਦਾ ਤਰਨਾਲਾ ਫਸਲ ਵੇਚ ਕੇ ਕੁੜੀ ਦਾ ਵਿਆਹ ਕਰ ਦੇਾਂਗੇ ਤੇ ਫਿਰ ਸਭਨਾਂ ਨੂੰ ਫਿਕਰ ਹੋਇਆ ਜੇ ਭਜ ਨੱਠ ਨਾ ਕੀਤੀ ਤਾਂ লাশ ਲੈਂਦੇ ਲੈਂਦੇ ਆਥਣ ਹੋ ਜਾਏਗੀ ਪਰ ਹਸਪਤਾਲ ਵਾਲਿਆਂ ਦਾ ਉਹੀ ਲੰਮਾ ਤੇ ਜ਼ਲੀਲ ਕਰਨ ਵਾਲਾ ਬਥੀਰਾ ਕਦੇ ਪੋਸਟਮਾਰਟਮ ਕਰਨ ਵਾਲਾ ਡਾਕਟਰ ਨਹੀਂ ਕਦੇ ਕੋਈ ਕਾਨੂੰਨੀ ਅੜਚਣ ਕਦੇ ਜਮਾਦਾਰ ਇਨਕਾਰੀ ਦਿਨ ਛਿਪਣ ਤੋਂ ਥੋੜਾ ਜਿਹਾ ਪਹਿਲਾਂ ਜਦੋਂ ਮੁੰਡੇ ਦੀ ਲਾਸ਼ ਇੱਕ ਮੈਟਾਡੋਰ ਚ ਰੱਖੀ ਤਾਈਕ ਜਣੇ ਨੇ ਫਿਕਰ ਨਾਲ ਮੁੰਡੇ ਦੇ ਪਿਓ ਤੋਂ ਪੁੱਛਿਆ ਪੈਸੇ ਸੰਭਾਲ ਲਏ ਆ ਨਾ ਕਿਉਂ ਨਹੀਂ ਖੀਸੇ ਤੇ ਜੇਬ ਚ ਤੁਨੇ ਨੋਟਾਂ ਨੂੰ ਟੋਕੇ ਵੇਖਿਆ ਤੇ ਭਰੀਆਂ ਅੱਖਾਂ ਨਾਲ ਤੱਕਿਆ ਤੇ ਜਦੋਂ ਮੈਟਾਡੋਰ ਹਸਪਤਾਲ ਦੇ ਗੇਟ ਤੋਂ ਬਾਹਰ ਨਿਕਲ ਗਈ ਤਾਂ ਯੂਨੀਅਨ ਦੇ ਪ੍ਰਧਾਨ ਨੇ ਨਿਮੀ ਪਾਈ ਖੜੇ ਟਰੱਕ ਮਾਲਕ ਨੂੰ ਹੌਸਲਾ ਦਿੱਤਾ ਦਿਲ ਕਾਨੂੰ ਥੋੜਾ ਕਰਦਾ ਹੈ ਹੋਰ ਦੇਊਗਾ ਮਾਲਕ ਬਥੇਰਾ ਸ਼ੁਕਰ ਕਰ ਨੇੜੇ ਹੀ ਖੜਾ ਛੁੱਟ ਗਿਆ ਤਕੜਾ ਹੋ ਉਹਨੇ ਟਰੱਕ ਮਾਲਕ ਦਾ ਮੋਢਾ ਥਾਪੜਿਆ ਟਰੱਕ ਮਾਲਕ ਨੇ ਸਾਰਿਆਂ ਤੋਂ ਛੁਪਾ ਕੇ ਅੱਖਾਂ ਪੂੰਝੀਆਂ ਤੇ ਉਹਨਾਂ ਦੇ ਪਿੱਛੇ-ਪਿੱਛੇ ਹਸਪਤਾਲੋਂ ਬਾਹਰ ਆ ਗਿਆ ਧੰਨਵਾਦ